ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਅੱਜ ਬਰਮਿੰਗਮ ਵਿਚਾਲੇ ਸਿੱਧੀ ਹਵਾਈ ਉਡਾਨ ਸ਼ੁਰੂ ਹੋ ਗਈ ਹੈ। ਇਸ ਦਾ ਰਸਮੀ ਉਦਘਾਟਨ ਅੱਜ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਜੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਨਿਊਜ਼ ਨੰਬਰ ਨੂੰ ਦੱਸਿਆ ਕਿ ਅੰਮ੍ਰਿਤਸਰ ਤੋਂ ਬਰਮਿੰਗਮ ਵਿਚਾਲੇ ਸਿੱਧੀ ਹਵਾਈ ਉਡਾਨ ਦੀ ਪੰਜਾਬੀਆਂ ਵੱਲੋਂ ਬਹੁਤ ਵੱਡੀ ਮੰਗ ਸੀ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਇਹ ਫਲਾਈਟ ਰੋਜ਼ਾਨਾ ਕਰ ਦਿੱਤੀ ਜਾਵੇਗੀ ਅਤੇ ਇਸ ਦੇ ਕਿਰਾਏ ਵੀ ਦਰੁਸਤ ਕੀਤੇ ਜਾਣਗੇ। ਅੰਮ੍ਰਿਤਸਰ ਬਰਮਿੰਗਮ ਫਲਾਈਟ ਜਿਹੜੀ ਬਹੁਤ ਵੱਡੀ ਡਿਮਾਂਡ ਸੀ ਪੰਜਾਬੀਆਂ ਦੀ, ਕਿਉਂਕਿ ਇਹ ਫਲਾਈਟ 1982 ਦੀ ਸਟਾਰਟ ਹੋਈ ਹੈ, ਇਹਨੂੰ ਇੱਕ ਦੌਰੀ ਵਿੱਚ ਬੰਦ ਕਰ ਦਿੱਤਾ ਗਿਆ ਕਦੀ, ਹੁਣ ਜਦੋਂ ਵੀ ਚੱਲੀ ਹੈ ਇਹਨੂੰ ਅੰਮ੍ਰਿਤਸਰ ਦਿੱਲੀ, ਦਿੱਲੀ ਤੋਂ ਬਰਮਿੰਗਮ ਚਲਾਉਂਦੇ ਰਹੇ ਉਲਟ ਏਰੀਏ ਨੂੰ, ਕਿਉਂਕਿ ਜਦੋਂ ਵੀ ਫਲਾਈਟ ਦਿੱਲੀ ਨੂੰ ਜਾਣੀ ਅੰਮ੍ਰਿਤਸਰ ਦੇ ਉੱਪਰੋਂ ਦੀ ਜਾਣੀ ਹੈ ਜੇ ਬਰਮਿੰਗਮ ਨੂੰ ਜਾਣੀ। ਸੋ ਸਾਡੀ ਬੜੀ ਚਿਰ ਦੀ ਮੰਗ ਸੀ ਔਰ ਮੇਰੀ ਅਤੇ ਜਦੋਂ ਪਾਰਲੀਮੈਂਟ ਬਣਨਾ ਸੀ ਮੈਂਬਰ ਉਦੋਂ ਵੀ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਔਰ ਇਹਨੂੰ ਬੜੇ ਜ਼ੋਰ ਦੇ ਨਾਲ ਪਾਰਲੀਮੈਂਟ ਦੇ ਵਿੱਚ ਰੱਖਿਆ ਔਰ ਸਮੇਂ ਸਮੇਂ ਦੇ ਜਿਹੜੇ ਮਾਨਯੋਗ ਮੰਤਰੀ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕੀਤੀਆਂ ਔਰ ਅੱਜ ਉਹ ਦੇਣ ਆਇਆ ਕਿ ਸਾਡੇ ਜਿਹੜੇ ਬਾਹਰ ਵੱਸਦੇ ਪੰਜਾਬੀ ਭੈਣ ਭਰਾ ਆ ਜਾਂ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਜਾਣਾ ਚਾਹੁੰਦੇ ਆ, ਬਰਮਿੰਗਮ ਜਿਹੜਾ ਕੈਨੇਡਾ ਯੂਕੇ ਦਾ ਲੰਡਨ ਬਰਮਿੰਗਮ ਇਹ ਲਾਗੇ ਲਾਗੇ ਨੇ, ਇਹ ਸਾਰੇ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਮਿਲੂਗਾ, ਕਿਉਂਕਿ ਲੋਕ ਦਿੱਲੀ ਜਾਣਾ ਨਹੀਂ ਚਾਹੁੰਦੇ, ਦਿੱਲੀ 7-8 ਘੰਟੇ ਖਰਾਬ ਹੋ ਜਾਂਦੇ ਨੇ ਔਰ ਉਹ ਚੀਜ਼ ਤੋਂ ਰਾਹਤ ਪੰਜਾਬੀਆਂ ਨੂੰ ਮਿਲੂਗੀ ਔਰ ਪੰਜਾਬੀ ਜਿਹੜੇ ਪੰਜਾਬੀ ਪਿਆਰ ਕਰਦੇ ਨੇ ਗੁਰੂ ਨਗਰੀ ਨਾਲ, ਹਰਿਮੰਦਰ ਸਾਹਿਬ ਨਾਲ, ਦੁਰਗਿਆਣਾ ਤੀਰਥ ਔਰ ਉਹ ਇੱਥੇ ਬੜੇ ਮਤਲਬ ਦਰਸ਼ਨਾਂ ਵਾਸਤੇ ਜਿਹੜੇ ਉਹਨਾਂ ਦੇ ਮਨ 'ਚ ਇੱਕ ਤੰਗ ਰਹਿੰਦੀ ਹੈ ਉਹਨਾਂ ਵਾਸਤੇ ਬਹੁਤ ਵੱਡੀ ਖਬਰ ਹੈ। ਦੇਖੋ ਇਹ ਅੱਜ ਬੜੀ ਡਿਟੇਲ 'ਚ ਗੱਲ ਹੋ ਗਈ ਆ, ਇਹ ਟ੍ਰਾਇਲ ਉਹਨਾਂ ਦਾ ਵੱਧ ਤੋਂ ਵੱਧ ਮਤਲਬ ਇਹ ਕੰਟੀਨਿਊ ਤਾਂ 2 ਦਿਨ ਰਹਿਣੀ ਆ, ਪਰ ਇਹ ਦੋ ਉਹਨਾਂ ਨੇ ਕਿਹਾ 5-10 ਫਲਾਈਟਾਂ ਤੱਕ ਅਸੀਂ ਇਹਦਾ ਦੇਖ ਲੈਣਾ, ਅਸੀਂ ਇਹਨੂੰ ਕੰਟੀਨਿਊ ਕਰ ਦੇਣੀ ਆ ਹਫ਼ਤੇ 'ਚ, ਕਿਉਂਕਿ ਦੇਖੋ ਅਸੀਂ ਏਅਰ ਇੰਡੀਆ ਨੂੰ ਕਿਹਾ ਕਿ ਤੁਹਾਨੂੰ ਬਿਜ਼ਨਸ ਚਾਹੀਦਾ, ਤੁਸੀਂ ਪੈਸੇ ਚਾਹੀਦੇ ਆ ਨਾ, ਤਾਂ ਲੋਕ ਪੈਸੇ ਦੇ ਰਹੇ ਨੇ ਇੱਥੋਂ, ਡਿਊੜੀ ਟਿਕਟ ਖਰਚਣ ਨੂੰ ਤਿਆਰ ਨੇ, ਫਲਾਈਟ ਫੁੱਲ ਆ, 3-3 ਮਹੀਨੇ ਦੀ ਵੇਟਿੰਗ ਆ, ਅਤੇ ਫਿਰ ਆਪਾਂ ਇਹ ਕੰਮ ਕਿਉਂ ਕਰਦੇ ਹਾਂ। ਇੱਕ ਉਹਨਾਂ ਨੂੰ ਜ਼ਰੂਰ ਰੱਖਿਆ ਕਿ ਜਦੋਂ ਅਸੀਂ ਸਾਈਟ ਖੋਲ੍ਹਦੇ ਹਾਂ ਜਿਵੇਂ ਮੰਗਲਵਾਰ ਔਰ ਵੀਰਵਾਰ ਹੀ ਜਾਣੀ ਆ ਫਲਾਈਟ, ਅਤੇ ਜੇ ਦਿੱਲੀ ਤੋਂ ਬਰਮਿੰਗਮ ਦਾ ਕਿਰਾਇਆ ਕਰ ਦੇਖਦੇ ਹਾਂ ਤਾਂ ਉਹ ਘੱਟ ਹੁੰਦਾ, ਅੰਮ੍ਰਿਤਸਰ ਤੋਂ ਬਰਮਿੰਗਮ ਦਾ ਕਿਰਾਇਆ ਜ਼ਿਆਦਾ, ਜਦਕਿ ਘੱਟ ਹੋਣਾ ਚਾਹੀਦਾ, ਕਿਉਂਕਿ ਦਿੱਲੀ ਤੋਂ ਅੰਮ੍ਰਿਤਸਰ ਰਸਤੇ 'ਚ ਆ ਬਰਮਿੰਗਮ ਦੇ। ਉਹ ਫਿਰ ਅੱਜ ਉਹਨਾਂ ਨੇ ਗੱਲ ਰੱਖੀ ਹੈ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ, ਪੰਕਜ ਜਿਹੜੇ CMD ਨੇ ਏਅਰ ਇੰਡੀਆ ਦੇ, ਉਹਨਾਂ ਕਿਹਾ ਕਿ ਮੈਂ ਇਸ ਚੀਜ਼ ਨੂੰ ਬਹੁਤ ਧਿਆਨ 'ਚ ਰੱਖਦਾ ਹੋਇਆ ਮੈਂ ਇਹਦਾ ਕਿਰਾਇਆ ਇੱਕੋ ਜਿਹਾ ਕਰੂੰਗਾ।